ਦੋਸਤੋ, ਮੈਂ ਹਾਂ ਡਾਕਟਰ ਅਵਤਾਰ ਸਿੰਘ, ਚੀਫ ਆਰਥੋਪੈਡਿਕ ਸਰਜਨ, ਅਮਨਦੀਪ ਗਰੁੱਪ ਆਫ ਹਸਪੀਟਲਸ। ਅੱਜ 1 ਅਗਸਤ ਲੰਗ ਕੈਂਸਰ ਡੇ ਦੇ ਉੱਤੇ ਮੈਂ ਤੁਹਾਡੀ ਜਾਣਕਾਰੀ ਲਈ ਕੁਝ ਗੱਲਾਂ ਦੱਸਣੀਆਂ ਚਾਹਾਂਗਾ। ਦੁਨੀਆ ਦੇ ਵਿੱਚ ਹਰ ਸਾਲ 24 ਲੱਖ ਦੇ ਕਰੀਬ ਨਵੇਂ ਫੇਫੜਿਆਂ ਦੇ ਕੈਂਸਰ ਦੇ ਮਰੀਜ਼ ਜਿਹੜੇ ਨੇ ਉਹ ਪਾਏ ਜਾਂਦੇ ਨੇ, ਔਰ ਉਹਨਾਂ ਦੇ ਵਿੱਚੋਂ 13 ਲੱਖ ਮਰੀਜ਼ ਹਿੰਦੁਸਤਾਨ ਦੇ ਵਿੱਚ ਹਰ ਸਾਲ ਜਿਹੜੇ ਨੇ ਉਹ ਨਵੇਂ ਕੈਂਸਰ ਦੇ ਨਾਲ ਅਫੈਕਟ ਹੁੰਦੇ ਨੇ। ਜੇ ਸਮੇਂ ਸਿਰ ਇਲਾਜ ਕਰਾਇਆ ਜਾਵੇ ਤਾਂ ਇਹ ਕੈਂਸਰ ਕਿਊਰੇਬਲ ਹੈ, ਠੀਕ ਹੋ ਸਕਦਾ ਹੈ। ਔਰ ਅਮਨਦੀਪ ਹੋਸਪਿਟਲ ਦੇ ਵਿੱਚ ਕੈਂਸਰ ਕਲੀਨਿਕਸ ਆਫ ਅਮੈਰੀਕਾ ਦੀ ਹੈਲਪ ਦੇ ਨਾਲ ਇੱਕ ਬਹੁਤ ਆਧੁਨਿਕ ਕੈਂਸਰ ਸੈਂਟਰ ਸ਼ੁਰੂ ਕੀਤਾ ਗਿਆ। ਉਹਦੇ ਵਿੱਚ ਫੇਫੜਿਆਂ ਦੇ ਕੈਂਸਰ ਦਾ ਲੇਟੈਸਟ ਇਲਾਜ, ਰੇਡੀਓਥੈਰੇਪੀ, ਕੀਮੋਥੈਰੇਪੀ ਔਰ ਓਪਰੇਸ਼ਨ ਜਿਹੜੇ ਨੇ ਉਹ ਉਪਲਬਧ ਨੇ। ਜੇ ਤੁਹਾਡੇ ਕਿਸੇ ਵੀ ਜਾਣਕਾਰ ਨੂੰ, ਤੁਹਾਡੇ ਕਿਸੇ ਦੋਸਤ ਨੂੰ ਜੇ ਫੇਫੜਿਆਂ ਦੇ ਕੈਂਸਰ ਦੀ ਬਿਮਾਰੀ ਹੋਵੇ ਤਾਂ ਤੁਸੀਂ ਇਸ ਸੁਵਿਧਾ ਦਾ ਇੱਥੋਂ ਜਿਹੜਾ ਉਹ ਫਾਇਦਾ ਉਠਾ ਸਕਦੇ ਹੋ। ਥੈਂਕ ਯੂ ਸੋ ਮੱਚ।